साउथ वाला तो दसो भी तुम पता अज मेरा बर्थडे बर्थडे आ जाओ जाम दे। हाँ ता किन्नी तरीक अज ਅੱਜ 9 ਤਰੀਕ ਕਿੰਨੇ ਸਾਲ ਦਾ ਹੋ ਗਿਆ ਮੈਂ 87 ਤੇ ਗਿਣ ਲਾ ਪਹਿਲਾਂ 87 ਦੇ ਬਾਅਦ ਗਿਣੋ 87 ਦੇ 88 99 90 13 ਸਾਲ ਹੋ ਗਏ 22 ਸਾਲ ਹੋ ਗਏ 87 ਦੇ 22 ਤੇ 23 24 25 ਤੇ 10 35 ਮੇਰਾ ਜਨਮ 87 ਦਾ 99 ਦਾ ਤੁਸੀਂ ਦੱਸੋ ਮੈਂ ਤੁਹਾਨੂੰ ਪੁੱਛਿਆ 99 ਦਾ 99 ਦਾ ਤੁਹਾਨੂੰ ਕਿੰਨੇ ਦਾ ਹੋਇਆ 99 ਤੇ 90 11 ਹੋ ਗਏ 22 ਦੇ ਹੋ ਗਏ 33 33 ਸਾਲ ਦਾ ਹੋ ਗਿਆ ਜਦ ਮੇਰਾ ਜਨਮ ਹੋਇਆ ਸੀਗਾ ਕਿੱਥੇ ਹੋਇਆ ਸੀ ਮੇਰਾ ਜਨਮ ਫਰੀਦਪੁਰ ਫਰੀਦਪੁਰ ਕਿੱਥੇ ਫਰੀਦਪੁਰ ਰਾਜਪੁਰ ਦੇ ਵਿੱਚ 7 ਸਾਲ ਹਾਂ ਫਿਰ ਤੁਸੀਂ ਉਦੋਂ ਕਿੱਥੇ ਸੀਗੇ ਮੜੌਲੀ ਫਿਰ ਮੈਂ ਕਿੰਨੇ ਦਿਨ ਬਾਅਦ ਆਇਆ ਸੀ ਮੜੌਲੀ ਸਵਾ ਮਹੀਨੇ ਬਾਅਦ ਫਿਰ ਜਦ ਮੈਂ ਛੋਟਾ ਸੀ ਤੁਸੀਂ ਸੋਚਿਆ ਸੀਗਾ ਵੀ ਮੈਂ ਵੱਡਾ ਹੋ ਕੇ ਕਿਆ ਬਣੂੰਗਾ ਜ਼ਿਆਦਾ ਜ਼ਮਾਨਾ ਕਿੱਥੇ ਸੋਚਦਾ ਤਾਂ ਚਾਹਤਾ ਵੀ ਪਰ ਵੀ ਦੁਨੀਆਦਾਰੀ ਚੱਲੀ ਜਾਵੇ ਥੋੜ੍ਹੀ ਜਿਹਾ ਕੁਛ ਤਾਂ ਸੋਚਿਆ ਹੀ ਹੋਣਾ ਵੀ ਵੱਡੇ ਹੋ ਕੇ ਕਿਆ ਬਣਾਉਣਾ ਨਿਆਣੇ ਨੂੰ ਜਾਂ ਤਾਂ ਐਂ ਹੁੰਦਾ ਵੀ ਗੁਜ਼ਾਰਾ ਚਲਾਓ ਪੜ੍ਹਾਈ ਕਰਾਈ ਚਲੋ ਅੱਗੇ ਕਿਸਮਤ ਆ ਅੱਗੇ ਜਦ ਤੱਕ ਕੁਛ ਨਹੀਂ ਦੱਸਦਾ ਨੌਕਰੀ ਦਾ ਤਾਂ ਸੋਚਦੇ ਹੋਣੇ ਵੀ ਨੌਕਰੀ ਕਰਨੀ ਆ ਨੌਕਰੀ ਦਾ ਸੋਚਦੇ ਐਂ ਤਾਂ ਵੀ ਚਲੋ ਪੜ੍ਹਾਈ ਕਰਾਓ ਬਸ ਪੜ੍ਹਾਈ ਤੋਂ ਬਾਅਦ ਫਿਰ ਦੇਖੀ ਜਾਓ ਨਾਲੇ ਮੈਨੂੰ ਜਿਵੇਂ ਖੇਤੀ ਨਹੀਂ ਸੀ ਕਰਨ ਨੂੰ ਜ਼ਿਆਦਾ ਕਹਿੰਦੇ ਵੀ ਖੇਤੀ ਵੱਲ ਨਾ ਤੂੰ ਧਿਆਨ ਦੇ ਪੜ੍ਹਾਈ ਵੱਲ ਧਿਆਨ ਦੇ ਉਹ ਖੇਤੀ ਨਹੀਂ ਕਰਨੀ ਹੈਗੀ ਉਹਨੂੰ ਕੋਈ ਕੋਈ ਅਲੱਗ ਕੰਮ ਆਪਣਾ ਕਰ ਲੂ ਕੋਈ ਪੜ੍ਹਾਈ ਕੋਈ ਨੌਕਰੀ ਕਰ ਲੂ ਆ ਜਾਂਦਾ ਵੀ ਖੇਤੀ 'ਚ ਨਹੀਂ ਫਾਇਦਾ ਖੇਤੀ 'ਚ ਕਦੋਂ ਨਹੀਂ ਸੀ ਫਾਇਦਾ ਖੇਤੀ 'ਚ ਮਿੱਟੀ ਬਣਾਉਣ ਹੋ ਜਾਂਦੀ ਆ ਪਹਿਲਾਂ ਸੰਦਾ ਲਾਓ ਟਰੈਕਟਰ ਟਾਲੀਆਂ ਲਾਓ ਫਿਰ ਨੌਕਰਾਂ ਨਾਲ ਮੱਥਾ ਮਾਰੋ ਇਕੱਲੇ ਜਾਣ ਦੀ ਮਿੱਟੀ ਬਣਾਉਣ ਹੋ ਜਾਂਦੀ ਆ ਰੋਟੀਆਂ 'ਚ ਹਟਾਉਂਦਾ ਨੌਕਰਾਂ ਦੀਆਂ ਫਿਰ ਮੇਰਾ ਬਰਥਡੇ ਅੱਜ ਫਿਰ ਮੈਨੂੰ ਕਿਆ ਗਿਫਟ ਮਿਲੂਗਾ ਨੋਟ ਦੇ ਦਿੰਦੇ 500 ਦਾ ਦੋ ਫਿਰ 500 ਦਾ ਨੋਟ ਅੰਦਰ ਰੱਖਿਆ ਵਾ ਲਿਆ ਮੈਂ ਚੱਕ ਕੇ ਨਾ ਰੁਕ ਜਾ ਬਾਅਦ 'ਚ ਲੈ ਲੈਂਦੇ ਹਾਂ ਓਹੋ ਹੋਰ ਕਿਆ ਪੁੱਛਾਂ ਸਵਾਲ ਹੀ ਖਤਮ ਹੋ ਗਏ ਤੁਹਾਡਾ ਬਰਥਡੇ ਕਦੋਂ ਦਾ 2 ਅਪ੍ਰੈਲ ਦਾ ਮਨਾਉਂਦੇ ਮਨਾਉਂਦੇ ਤਾਂ ਹੈ ਨਹੀਂ ਇਹ ਤਾਂ ਕਦੇ ਨਹੀਂ ਮਨਾਉਂਦੇ ਮੈਂ ਕਿਹੜਾ ਮਨਾਉਂਦਾ ਮੈਂ ਵੀ ਤਾਂ ਘਰੇ ਬੈਠਾ ਜੇ ਓਹੋ ਕਿਆ ਕਹਿੰਦੇ ਆ ਜਿਵੇਂ ਸਾਡੀ ਕਟਾਈ ਹੁੰਦੀ ਰਹੀ ਹੈ ਛੋਟੇ ਹੁੰਦਿਆਂ ਦੀ ਕਦੇ ਡੰਡੇ ਨਾਲ ਕੁੱਟਦਾ ਕਦੇ ਕਾਸੇ ਨਾਲ ਕੁੱਟਦਾ ਤੁਹਾਡੀ ਵੀ ਹੁੰਦੀ ਸੀ ਜਦੋਂ ਤੱਕ ਪੂਰਾ ਕੰਮ ਕਰਾਉਣਾ ਪੈਂਦਾ ਤਾ ਆ ਕਟਾਈ ਹੁੰਦੀ ਸੀ ਕਿ ਨਹੀਂ ਮਾੜੀ ਮੋਟੀ ਹੁੰਦੀ ਤਾਂ ਇੰਨੀ ਨਹੀਂ ਹੁੰਦੀ ਜਿੰਨਾ ਤੁਸੀਂ ਸਾਨੂੰ ਕੁੱਟਿਆ ਇੰਨੀ ਤੁਹਾਡੀ ਨਹੀਂ ਹੋਈ ਮਤਲਬ ਤਾਂ ਤੁਸੀਂ ਸਾਨੂੰ ਕਾਹਦੇ ਕੁੱਟਿਆ ਇੰਨਾ ਜਿਹੋ ਜਿਹਾ ਬੰਦਾ ਨਿਆਣਾ ਕਰਦਾ ਸ਼ਰਾਬ ਤੋਂ ਹੀ ਕਟਾਈ ਹੋ ਜਾਂਦੀ ਆ ਜ਼ਿਆਦਾ ਇੱਕ ਵਾਰ ਮੈਂ ਛਬੀਲ 'ਤੇ ਸੜਕ 'ਤੇ ਛਬੀਲ ਲੱਗੀ ਹੋਈ ਸੀਗੀ ਉੱਥੇ ਤਾਂ ਮੈਨੂੰ ਕੁੱਟਦੇ ਘਰ ਨੂੰ ਲਿਆਉਂਦਾ ਸੀ ਤੇਰੀ ਮੰਮੀ ਨੇ ਪਹਿਲਾਂ ਕਹਿ ਦਿੱਤਾ ਚੱਲ ਲੈ ਕੇ ਆਸਵੇ ਤਾਂ ਗਿਆ ਨਹੀਂ ਕਰਦੇ ਆਪਾਂ ਆਪਣੇ ਕਿਤੇ ਭੇਜ ਦੇਣਾ ਬਾਅਦ ਜਦੋਂ ਕੱਟਦੇ ਬਾਅਦ ਫਿਰ ਕਹਿ ਲਿਆ ਉਲਟਾ ਖਾਂਦਾ ਤਾਂ ਚਲ ਖਾ ਲੈਣਾ ਚਾਹੀਦਾ ਤਾ ਤਿਵੇਂ ਇਹੋ ਜਿਹਾ ਕਰਾਉਂਦੀ ਪੰਪ ਪੂਰਾ ਦੇ ਕੇ ਭੇਜ ਦੇਣਾ ਮੈਂ ਸੋਚਿਆ ਸੀ ਲੰਬੀ ਚੱਲੂਗੀ ਵੀਡੀਓ ਗੱਲਾਂ ਛੇਤੀ ਖਤਮ ਹੋ ਗਈਆਂ ਹੋਰ ਕੀ ਕਹਿਣਾ ਚਾਹੁੰਦੇ ਫਿਰ ਮੇਰੇ ਬਰਥਡੇ 'ਤੇ ਵੀ ਕੋਈ ਸਲਾਹ ਕੋਈ ਇੱਦਾਂ ਮਸ਼ਵਰਾ ਕੋਈ ਉਹ ਗਿਆਨ ਦੀ ਗੱਲ ਉਹ ਤਾਂ ਕੋਈ ਸਲਾਹ ਨਹੀਂ ਕੁਝ ਦੱਸਣਾ ਹੋਵੇ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਅੱਗੇ ਤਾਂ ਸਭ ਪੜ੍ਹੇ ਪਏ ਹਾਂ ਅਸੀਂ ਤਾਂ ਘੱਟ ਪੜ੍ਹੇ ਪਏ ਹਾਂ ਚਲ ਠੀਕ ਇਸੇ ਦੇ ਨਾਲ ਆਪਾਂ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮੈਂ ਸੋਚਿਆ ਸੀ ਵੀਡੀਓ ਲੰਬੀ ਚੱਲੂਗੀ ਬਟ ਵੀਡੀਓ ਉੱਨੀ ਲੰਬੀ ਚੱਲੀ ਨਹੀਂ ਗੱਲਾਂ ਛੇਤੀ ਖਤਮ ਹੋ ਜਾਂਦੀਆਂ ਸਾਡੀਆਂ ਸਾਡੇ 'ਚ ਗੱਲਾਂ ਕਰਨ ਵਾਲੇ ਪਹਿਲਾਂ ਕੁਐਸਚਨ ਲਿਖ ਕੇ ਰੱਖਣੇ ਪੈਣੇ ਆ ਫਿਰ ਪੁੱਛਣੇ ਆ ਕੁਐਸਚਨ ਤਾਂ ਹੈਗੇ ਆ ਤੁਹਾਡੇ ਜਵਾਬ ਛੋਟੇ ਛੋਟੇ ਆਉਣੇ ਹੁਣ ਜਿਵੇਂ ਮੈਂ ਐਂਡ 'ਚ ਪੁੱਛਿਆ ਬਈ ਕੋਈ ਸਲਾਹ ਹੁਣ ਸਲਾਹ ਬੰਦਾ ਜਿੰਨੀ ਮਰਜ਼ੀ ਲੰਬੀ ਦੇ ਦੇਵੇ ਗਿਆਨ ਦੀ ਗੱਲ ਜਿਹੜੇ ਮੇਰੇ ਦੋਸਤ ਘਰ ਆਏ ਹੁੰਦੇ ਉਹਨਾਂ ਨੂੰ ਤਾਂ ਘੰਟਾ ਘੰਟਾ ਨਹੀਂ ਛੱਡਦੇ ਉਹ ਤਾਂ ਮਨ ਘੱਟ ਤਾਂ ਕਹਾਣੀ ਸੁਣਾਉਂਦੇ ਉਹਨਾਂ ਨੂੰ ਤਾਂ ਕਿਸੇ ਨੂੰ ਜ਼ਿਆਦਾ ਉਪਦੇਸ਼ ਸ਼ੁਰੂ ਕਰ ਦਿੰਦੇ ਆ ਫਿਰ ਤਾਂ ਉਪਦੇਸ਼ ਖਤਮ ਨਹੀਂ ਹੁੰਦਾ ਐਂ ਕਰਨਾ ਚਾਹੀਦਾ ਐਂ ਕਰਨਾ ਚਾਹੀਦਾ ਐਂ ਕਰਨਾ ਚਾਹੀਦਾ ਐਂ ਕਰਨਾ ਚਾਹੀਦਾ
ਜਦ ਕੰਪਿਊਟਰ ਚੱਲ ਪੈਂਦਾ ਜਾਂ ਚੱਲ ਪੈਂਦਾ ਜਾਂ ਖੜ ਗਿਆ ਖੜ ਗਿਆ। ਫਿਰ ਹੁਣ ਜਿਵੇਂ ਅਸੀਂ ਪਹਾੜਾਂ 'ਚ ਘੁੰਮਣ ਜਾਂਦੇ ਹਾਂ, ਤੁਹਾਨੂੰ ਕਿਆ ਲੱਗਦਾ? ਥੋੜ੍ਹਾ ਸਾਨੂੰ ਤਾਂ ਡਰ ਲੱਗਦਾ ਉੱਪਰ ਤੇ ਪਹਾੜ ਗਿਰ ਜਾਵੇ, ਬਰਫ਼ ਗਿਰ ਜਾਵੇ। ਨਹੀਂ ਅਸੀਂ ਕਿਉਂ ਜਾਂਦੇ ਹਾਂ ਪਹਾੜਾਂ 'ਚ ਘੁੰਮਣ ਵਾਸਤੇ? ਠੰਡੀ ਹਵਾ ਖਾਣ ਵਾਸਤੇ, ਦੇਖਣ ਵਾਸਤੇ ਪਹਾੜ ਕਹੇ ਜਾਂਦੇ ਹਾਂ। ਸਾਨੂੰ ਤਾਂ ਮਨ ਨਹੀਂ ਕਰਦਾ ਪਹਾੜਾਂ ਨੂੰ, ਥੋੜ੍ਹੀ ਜਿਹਾ ਨਹੀਂ ਕਰਿਆ ਪਹਾੜਾਂ ਨੂੰ। ਇਕੱਲੇ ਪਹਾੜ ਵੀ ਨਹੀਂ, ਜਿਵੇਂ ਕਦੇ ਹੁਣ ਮੈਂ ਬੰਗਲੌਰ ਵੀ ਗਿਆ ਸੀ, ਕਰਨਾਟਕਾ ਵੀ ਗਿਆ ਸੀ, ਉੱਥੇ ਦਾ ਨਾ ਪਹਾੜ ਸੀ ਨਾ ਸਮੁੰਦਰ ਸੀ। ਫਿਰ ਕਈ ਵਾਰ ਗੋਆ ਸਮੁੰਦਰ ਵਾਲੇ ਏਰੀਏ 'ਚ ਵੀ ਚਲੇ ਜਾਂਦੇ ਹਾਂ, ਫਿਰ ਕਈ ਵਾਰ ਬਾਹਰਲੀ ਕੰਟਰੀ ਵੀ ਚਲੇ ਜਾਂਦਾ। ਕਿਉਂ ਘੁੰਮਦਾ ਮੈਂ ਇੰਨਾ, ਤੁਹਾਨੂੰ ਕੀ ਲੱਗਦਾ ਮੈਂ ਕਿਉਂ ਇੰਨਾ ਜਗ੍ਹਾ ਜਗ੍ਹਾ ਅਲੱਗ ਅਲੱਗ ਜਗ੍ਹਾ 'ਤੇ ਜਾਂਦਾ? ਮੈਨੂੰ ਤਾਂ ਕੋਈ ਖਾਸ ਨਹੀਂ ਲੱਗਦਾ ਹੈਗਾ, ਕੁਛ ਕਦੇ ਸੋਚਿਆ ਨਹੀਂ ਵੀ ਕਿਉਂ ਘੁੰਮਦੇ ਰਹਿੰਦੇ, ਇਹ ਤੁਰੇ ਰਹਿੰਦੇ ਕਿਸੇ ਨਾ ਕਿਸੇ ਪਾਸੋਂ? ਚਲ ਠੀਕ ਆ, ਓਕੇ ਬਾਏ, ਸਤਿ ਸ਼੍ਰੀ ਅਕਾਲ। ਛੇ ਮਿੰਟ ਦੀ ਹੋ ਗਈ, ਲਗਾ ਵੀ ਕਰਦੇ ਕਰਦੇ ਮੈਂ ਫੋਨ ਚੈੱਕ ਕਰਾਉਂਦਾ ਹੁੰਦਾ, ਕਈ ਵਾਰੀ ਟੱਕ ਟੱਕ ਆਉਂਦੀ ਹੁੰਦੀ ਆ, ਉੱਥੇ ਕਾੜਾ ਹੁੰਦਾ ਨਹੀਂ ਰੰਗ, ਲੱਗਦੇ ਹੁੰਦੇ ਬਹੁਤ, ਕਈ ਵਾਰੀ ਕੱਲ੍ਹ ਦੀ ਲੱਗਦੀ ਆ ਟੱਕ ਟੱਕ ਸਰੀਰ ਹੁੰਦੇ, ਧੜਕਣ ਵੱਧ ਹੀ ਘੱਟਦੀ ਹੋਣੀ ਆ, ਬੀਪੀ ਵੱਧਦਾ ਘੱਟਦਾ ਹੋਣਾ। ਕਦੇ ਚਲ ਸਲੋਰ ਦੱਸ ਦਿੰਦਾ, ਕਹਿੰਦਾ ਠੀਕ ਆ, ਕੁਛ ਨਹੀਂ ਹੈਗਾ ਮਸਰੀ 'ਚ ਘਾਟ ਚੁੱਕਣਾ ਨਾ ਉਹ ਚਿੱਟੇ ਆ ਇਹ ਤਗ ਦੀ ਗੋਲੀ, ਕਹਿੰਦਾ ਖਾਈ ਜਾਓ ਇੱਕ ਰੋਜ਼ ਦੀ, ਇੱਕ ਹਫ਼ਤੇ ਬਾਅਦ ਪੁੜੀ ਜਿਹੜੀ ਖਾਂਦੇ ਉਹ ਖਾ ਲਿਆ ਕਰ, ਪਿਛਲੇ ਮਹੀਨੇ ਖਾਧੇ ਤਾਂ ਹੁਣ ਮੈਂ ਹਫ਼ਤਾ ਛੱਡ ਕੇ 10 ਦਿਨ, ਮੈਂ ਕਿਹਾ ਵੀਰ